ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ। ਗੂਗਲ ਦੇ ਵਿੱਚ ਡਾਇਰੈਕਟ ਰਿਕਰੂਟਮੈਂਟ ਜਿਹੜੀ ਹੈ ਜੀ ਆਊਟ ਹੋਣ ਵਾਲੀ ਹੈ, ਸਿੱਧੀ ਭਰਤੀ ਹੋਵੇਗੀ, ਕੋਈ ਪੇਪਰ ਨਹੀਂ ਹੋਵੇਗਾ। ਔਰ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਨੇ ਜਿਹੜੀਆਂ ਆਊਟ ਹੋਈਆਂ ਨੇ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਦਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਕਾਫੀ ਕੈਂਡੀਡੇਟ ਨੇ ਇਦਾਂ ਦੇ ਜਿਹੜੇ ਕਹਿੰਦੇ ਨੇ, ਸਰ ਸਾਨੂੰ ਪ੍ਰਾਈਵੇਟ ਕੰਪਨੀ 'ਚ ਜੌਬ ਕਰਨੀ, ਵਧੀਆ ਕਿਸੇ ਰੈਪਿਊਟਡ ਕੰਪਨੀ ਦੇ ਵਿੱਚ, ਤਾਂ ਗੂਗਲ ਤੋਂ ਵਧੀਆ ਕੰਪਨੀ ਕੋਈ ਵੀ ਨਹੀਂ ਹੈ ਜੀ, ਜਿਸ ਦੇ ਵਿੱਚ ਤੁਸੀਂ ਜੌਬ ਜੁਆਇਨ ਕਰ ਸਕਦੇ ਹੋ, ਜਿਸ ਦੇ ਵਿੱਚ ਮੈਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ। ਫਸਟ ਟਾਈਮ ਚੈਨਲ ਤੇ ਆਏ ਹੋ, ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਤੇ ਚਲੋ ਚੱਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹਾਂਗਾ। ਅਗਰ ਤੁਸੀਂ ਚਾਹੁੰਦੇ ਹੋ ਆਪਣੀ ਆਨਲਾਈਨ ਜਿਹੜੀ ਹੈ ਜੀ ਆਪਣੀ ਐਜੂਕੇਸ਼ਨ ਕਰਨਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਡਿਗਰੀ ਕਰਨਾ ਚਾਹੁੰਦੇ ਹੋ, ਤੇ ਉਹਨਾਂ ਲਈ ਬਹੁਤ ਵਧੀਆ ਅਪੋਰਚੁਨਿਟੀ ਹੈ। ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਨੇ ਆਪਣੀ ਆਨਲਾਈਨ ਜਿਹੜੀਆਂ ਡਿਗਰੀਜ਼ ਨੇ ਉਹਨਾਂ ਲਈ ਐਡਮਿਸ਼ਨਸ ਜਿਹੜੀਆਂ ਨੇ ਉਹ ਓਪਨ ਹੋ ਚੁੱਕੀਆਂ ਨੇ ਜੀ, ਤੁਸੀਂ ਦੇਖ ਸਕਦੇ ਹੋ। ਇਸ ਦੇ ਵਿੱਚ ਤੁਸੀਂ MBA, MCA, MA, GMC ਚ, MCA ਡੇਟਾ ਸਾਇੰਸ ਦੇ ਵਿੱਚ, MSc ਮੈਥਮੈਟਿਕਸ ਦੇ ਵਿੱਚ, BBA, BCA ਤੇ BA GMC ਦੇ ਵਿੱਚ ਕਰ ਸਕਦੇ ਹੋ। ਹੋਰ ਵੀ ਕਈ ਡਿਗਰੀਜ਼ ਨੇ ਜਿਨ੍ਹਾਂ ਨੂੰ ਤੁਸੀਂ ਆਨਲਾਈਨ ਕਰ ਸਕਦੇ ਹੋ, ਜੋ ਕਿ UGC ਅਪਰੂਵਡ ਨੇ, ਠੀਕ ਹੈ ਜੀ, ਜਿਹੜੀਆਂ ਕਿ ਸਾਰੀਆਂ ਡਿਗਰੀਆਂ ਹੋਣਗੀਆਂ। ਔਰ ਤੁਸੀਂ ਇਹਦੇ ਲਈ ਜੁਆਇਨ ਜ਼ਰੂਰ ਕਰਨਾ, ਜਿਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਬੈਨੀਫਿਟ ਮਿਲਦੇ ਨੇ, ਜਿਹੜੇ ਕਿ ਲਰਨਿੰਗ ਰਿਸੋਰਸਿਸ ਹੋਣਗੇ, ਈ-ਬੁੱਕਸ ਹੋਣਗੀਆਂ, ਸਟੱਡੀ ਗਾਈਡਸ ਤੁਹਾਨੂੰ ਮਿਲਣਗੇ, ਪ੍ਰੈਕਟੀਕਲ ਟੈਸਟ ਹੋਣਗੇ, ਲਾਈਵ ਇੰਟਰੈਕਟਿਵ ਸੈਸ਼ਨ ਹੋਣਗੇ, ਔਰ ਇਹ ਤੁਹਾਡੀ ਇੱਕ ਵੈਲਿਡ ਡਿਗਰੀ ਜਿਹੜੀ ਹੈ ਉਹ ਹੋਵੇਗੀ। ਕੋਈ ਵੀ ਜਾਲੀ ਡਿਗਰੀ ਨਹੀਂ ਮਿਲੇਗੀ ਤੁਹਾਨੂੰ ਇਸ ਦੇ ਵਿੱਚ। ਤੇ ਅਗਰ ਤੁਸੀਂ ਮੇਰੇ ਲਿੰਕ ਤੋਂ ਕਲਿੱਕ ਕਰਕੇ ਅਪਲਾਈ ਕਰਦੇ ਹੋ, ਜਿਹੜਾ ਕਿ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਜੀ ਇੱਕ ਵਾਰੀ, ਤੁਸੀਂ ਇਸ ਲਿੰਕ ਤੇ ਜਾਣਾ ਸਭ ਤੋਂ ਪਹਿਲਾਂ। ਇਹ ਤੁਸੀਂ ਦੇਖ ਸਕਦੇ ਹੋ, ਫਾਰਮ ਫਿਲ ਕਰਨਾ ਹੈ ਤੁਸੀਂ, ਨੇਮ ਭਰਨਾ ਹੈ, ਈਮੇਲ ਆਈਡੀ, ਮੋਬਾਈਲ ਨੰਬਰ, ਜਿਹੜੀ ਵੀ ਡਿਗਰੀ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਉਹ, ਔਰ ਸਬਮਿਟ ਕਰ ਦੋਗੇ, ਦੈਨ ਤੁਹਾਨੂੰ ਉਹਨਾਂ ਵੱਲੋਂ ਕਾਲ ਆਏਗੀ, ਤੁਹਾਡੀ ਡਿਗਰੀ ਦੇ ਰਿਲੇਟਡ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੱਸੀ ਜਾਵੇਗੀ। ਔਰ ਇਸ ਦੇ ਵਿੱਚ ਇਹ ਵੈਕੈਂਸੀਜ਼ ਇਹਨਾਂ ਲਈ ਤੁਸੀਂ ਜਿਹੜਾ ਅਪਲਾਈ ਕਿੱਦਾਂ ਕਰਨਾ ਹੈ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਦਊਂਗਾ। ਇਸ ਫਾਰਮ ਨੂੰ ਸਿਰਫ ਤੁਸੀਂ ਭਰਨਾ ਹੈ ਤਾਂ ਤੁਹਾਨੂੰ ਆਪਣੇ ਆਪ ਕਾਲ ਆ ਜਾਵੇਗੀ। ਤਾਂ ਇਸ ਦੇ ਵਿੱਚ ਓਪਰਚੁਨਿਟੀ ਉਹਨਾਂ ਸਾਰੇ ਕੈਂਡੀਡੇਟ ਲਈ ਜਿਹੜੇ ਆਪਣੀ ਸਟੱਡੀ ਨੂੰ ਕੰਟੀਨਿਊ ਕਰਨਾ ਚਾਹੁੰਦੇ ਨੇ, ਔਰ ਜਿਨ੍ਹਾਂ ਕੋਲ ਜਾਣ ਦਾ ਟਾਈਮ ਨਹੀਂ, ਆਨਲਾਈਨ ਆਪਣੀ ਸਟੱਡੀ ਕਰ ਸਕਦੇ ਨੇ, ਔਰ ਇੱਕ ਵੈਲਿਡ ਡਿਗਰੀ ਤੁਸੀਂ ਜਿਹੜੀ ਹੈ ਜੀ ਉਹ ਪਾ ਸਕਦੇ ਹੋ। ਤੇ ਜਿਹੜੇ ਪਹਿਲੇ ਮੇਰਾ ਲਿੰਕ ਜੁਆਇਨ ਕਰਕੇ ਪਹਿਲੇ ਉਹਨਾਂ ਨੂੰ 30% ਜਿਹੜਾ ਇੱਥੇ ਡਿਸਕਾਊਂਟ ਜਿਹੜਾ ਉਹ ਦਿੱਤਾ ਜਾਵੇਗਾ। ਸੋ ਜਿਹੜੇ ਜਿਹੜੇ ਜਲਦੀ ਜਲਦੀ ਇਹਨਾਂ ਨੂੰ ਜੁਆਇਨ ਕਰ ਲੈਣਗੇ, ਸੋ ਜਲਦੀ ਨਾਲ ਜਾ ਕੇ ਚੈੱਕ ਕਰ ਲਿਓ। ਇਹ ਜਿਹੜੀ ਡਿਗਰੀਆਂ ਨੇ ਇਹ UGC ਅਪਰੂਵਡ ਨੇ, ਸੋ ਜਲਦੀ ਨਾਲ ਜਾ ਕੇ ਜੁਆਇਨ ਕਰ ਲਵੋ। ਤੇ ਹੁਣ ਅਸੀਂ ਗੱਲ ਕਰਦੇ ਹਾਂ ਭਰਤੀ ਦੇ ਬਾਰੇ ਵਿੱਚ। ਇਹ ਭਰਤੀ ਜਿਹੜੀ ਹੈ ਜੀ ਉਹ ਗੂਗਲ ਦੇ ਵੱਲੋਂ ਆਊਟ ਕੀਤੀ ਗਈ ਹੈ, ਗੂਗਲ ਹੀ ਤੁਹਾਡੀ ਜਿਹੜੀ ਇਸ ਦੇ ਵਿੱਚ ਉਹ ਜੁਆਇਨਿੰਗ ਹੋਏਗੀ ਤੁਹਾਡੀ। ਇਸ ਦੇ ਵਿੱਚ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ, ਤੁਸੀਂ ਆਨਲਾਈਨ ਇਹਦੇ ਲਈ ਅਪਲਾਈ ਕਰਨਾ ਹੋਵੇਗਾ। ਇੱਕ ਪਰਮਾਨੈਂਟ ਜੌਬ ਜਿਹੜੀ ਹੈ ਤੁਹਾਡੀ ਰਹਿਣ ਵਾਲੀ ਹੈ ਜੀ, ਇਸ ਦੇ ਵਿੱਚ ਕੋਈ ਲਾਸਟ ਡੇਟ ਨਹੀਂ ਹੈ, ਜਦ ਤੱਕ ਵੈਕੈਂਸੀਜ਼ ਓਪਨ ਰਹਿਣਗੀਆਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਔਰ ਇਸ ਦੇ ਵਿੱਚ ਗੂਗਲ ਤੁਹਾਨੂੰ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪੈਸੇ ਜਿਹੜੇ ਆ ਤੁਹਾਡੇ ਕੋਲੋਂ ਉਹ ਨਹੀਂ ਮੰਗਦਾ ਹੈ, ਤੁਹਾਨੂੰ ਜੁਆਇਨ ਕਰਵਾਉਣ ਦੇ ਲਈ ਕੋਈ ਫੀ ਜਿਹੜੀ ਹੈ ਨਹੀਂ ਮੰਗੀ ਜਾਂਦੀ ਹੈ। ਸੋ ਤੁਸੀਂ ਕੋਈ ਪੈਸਾ ਜਿਹੜਾ ਹੈ ਉਹ ਪੇ ਨਹੀਂ ਕਰਨਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਐਨਾਲਿਸਟ ਨੌਨ IT ਦੀਆਂ ਕੈਂਡੀਡੇਟ ਜਿਹੜੇ ਨੇ ਅਪਲਾਈ ਕਰ ਸਕਦੇ ਨੇ, ਜਿਨ੍ਹਾਂ ਨੇ ਐਨੀ ਗ੍ਰੈਜੂਏਸ਼ਨ ਕੀਤੀ ਹੋਈ ਹੈ, ਠੀਕ ਹੈ ਜੀ। ਐਨਾਲਿਸਟ ਨੌਨ IT ਮਤਲਬ ਜਿਹੜੇ IT ਬੈਕਗ੍ਰਾਉਂਡ ਤੋਂ ਨਹੀਂ ਹੈ ਉਹ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਆਉਂਦੀ ਹੈ ਐਨਾਲਿਸਟ IT ਦੀ, ਜਿਹਦੇ ਵਿੱਚ ਐਨੀ ਗ੍ਰੈਜੂਏਟ ਜਿਹੜੇ ਨੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ। ਇਹ ਵੈਕੈਂਸੀਜ਼ ਦੋ ਤਰ੍ਹਾਂ ਦੀਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ ਇਸ ਦੇ ਵਿੱਚ। ਨੈਕਸਟ ਅਗਰ ਮੈਂ ਗੱਲ ਕਰਾਂ, ਤੁਹਾਡੀ ਏਜ ਮਿਨੀਮਮ 18 ਹੈ, ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਇਸ ਦੇ ਵਿੱਚ ਕੋਈ ਫੀ ਤੁਸੀਂ ਨਹੀਂ ਦੇਣੀ ਹੈ, ਐਨੀ ਗ੍ਰੈਜੂਏਟ ਇਸ ਦੇ ਵਿੱਚ ਅਪਲਾਈ ਜਿਹੜਾ ਹੈ ਕਰ ਸਕਦੇ ਹੈ। ਸਿਲੈਕਸ਼ਨ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਤੁਹਾਡੀ ਇੰਟਰਵਿਊ ਹੋਵੇਗੀ, ਠੀਕ ਹੈ ਜੀ, ਔਰ ਇੰਟਰਵਿਊ ਬੇਸਿਸ ਤੇ ਹੀ ਸਿਲੈਕਸ਼ਨ ਹੋਣੀ ਹੈ, ਕੋਈ ਰਿਟਨ ਟੈਸਟ ਤੁਹਾਡਾ ਪੇਪਰ ਨਹੀਂ ਹੋਣਾ ਇਸ ਦੇ ਵਿੱਚ। ਤੇ ਇਸ ਦੇ ਵਿੱਚ ਇੱਕ ਵੀਡੀਓ ਦਿੱਤੀ ਹੈ ਤੁਹਾਨੂੰ ਸਟੈਪ ਬਾਈ ਸਟੈਪ ਅਪਲਾਈ ਕਰਨ ਦੇ ਲਈ, ਉਹ ਤੁਸੀਂ ਇੱਥੋਂ ਚੈੱਕ ਕਰ ਲਿਓ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਹਦੇ ਵਿੱਚ
ਗੂਗਲ ਐਨਾਲਿਸਟ ਦੀ ਵੈਕੈਂਸੀ ਹੈ ਜਿਹਦੇ ਲਈ ਅਪਲਾਈ ਕਰਨਾ, ਲਿੰਕ ਤੁਹਾਨੂੰ ਇੱਥੇ ਮਿਲ ਜਾਣਗੇ। ਇੱਥੇ ਅਪਲਾਈ ਕਰਨ ਦੇ ਲਈ ਇੱਕ ਰਿਜ਼ਿਊਮ ਪਹਿਲਾਂ ਤੋਂ ਤਿਆਰ ਕਰਨਾ ਜੋ ਕਿ ਅਪਡੇਟਡ ਹੋਏਗਾ, ਉਹਦੇ ਥਰੂ ਹੀ ਤੁਹਾਡੀ ਸ਼ਾਰਟਲਿਸਟਿੰਗ ਹੋਏਗੀ ਔਰ ਸ਼ਾਰਟਲਿਸਟਡ ਕੈਂਡੀਡੇਟਸ ਨੂੰ ਹੀ ਕਾਲ ਆਵੇਗੀ। ਇੱਦਾਂ ਨਹੀਂ ਹੈ, ਪੰਜਾਬ ਦੇ ਕੈਂਡੀਡੇਟ ਬਿਲਕੁਲ ਇਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਸਾਰੇ ਦੇ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮੈਂ ਦੇ ਦਿੱਤੇ ਨੇ, ਜਲਦੀ ਨਾਲ ਚੈੱਕ ਕਰਕੇ ਅਪਲਾਈ ਕਰ ਲਿਓ। ਫਿਰ ਵੀ ਕੋਈ ਡਾਊਟ ਹੋਏਗਾ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ। ਇਹ ਸੀਗਾ ਅੱਜ ਦਾ ਅਪਡੇਟ, ਤੇ ਇਸੇ ਦੇ ਨਾਲ ਡਿਗਰੀ ਕੋਈ ਵੀ ਕਰਨਾ ਚਾਹੁੰਦੇ ਹੋ ਆਨਲਾਈਨ ਤਾਂ ਉਹਦਾ ਲਿੰਕ ਮੈਂ ਤੁਹਾਨੂੰ ਦੇ ਦਿੱਤਾ ਹੈ ਜੀ, ਚੰਡੀਗੜ੍ਹ ਯੂਨੀਵਰਸਿਟੀ ਦਾ ਡਾਇਰੈਕਟ। ਤੁਸੀਂ ਉੱਥੋਂ ਨੂੰ ਫਾਰਮ ਨੂੰ ਭਰੋ, ਤੁਹਾਨੂੰ ਕਾਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਏਗੀ ਔਰ ਇੱਕ ਵੈਲਿਡ ਡਿਗਰੀ ਜਿਹੜੀ ਤੁਹਾਨੂੰ ਉਹ ਮਿਲੇਗੀ ਇਸ ਦੇ ਵਿੱਚ। ਤਾਂ ਚਲੋ ਇਹ ਸੀਗਾ ਅੱਜ ਦਾ ਅਪਡੇਟ ਜੀ, ਮਿਲਦਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।